ਸਾਧ ਨੇ ਬਚਨ ਸੁਣਾਇਆ ਪਿੱਛੇ ਹਜ਼ੂਰ ਦੇ ਦਰਸ਼ਨਾਂ ਲਈ ਆਏ ਤੇ ਕੋਲ ਕੁਛ ਨਾ ਸਾਰੇ ਮੱਥੇ ਟੇਕ ਰਹੇ ਸਨ ਦਿਲ ਕੀਤਾ ਮੇਰੇ ਕੋਲ ਤੇ ਕੁਝ ਵੀ ਨਹੀਂ ਹੈਗਾ ਮੇਰਾ ਵੀ ਦਿਲ ਕਰਦਾ ਹੈ ਮੈਂ ਵੀ ਕੁਛ ਭੇਟਾ ਕਰਾਂ ਸਤਸੰਗ ਜੀ ਉਹ ਫਰਮਾਉਂਦਾ ਮੇਰੇ ਕੋਲ ਕੁਝ ਵੀ ਨਹੀਂ ਸੀ ਸਹਿਬ ਆਪ ਉਹਨੂੰ 5 ਰੁਪਈਏ ਦਿੰਦੇ ਨੇ ਕਹਿੰਦੇ ਨੇ 2 ਸਾਨੂੰ ਮੱਥਾ ਟੇਕ ਦੇ 3 ਆਪ ਰੱਖ ਲੈ ਸੱਚਾ ਪਾਤਸ਼ਾਹ ਲਾਹੌਰ ਸ਼ਹਿਰ ਦੇ ਵਿੱਚ ਮਹਾਰਾਜ ਕਹਿੰਦੇ ਨੇ ਸਾਰੇ ਕਹਿਣ ਸਾਡੇ ਵੱਲ ਚੱਲੋ ਮਹਾਰਾਜ ਜੀ ਸਾਡੇ ਵੱਲ ਚੱਲੋ ਸਾਹਿਬ ਫਰਮਾਉਂਦੇ ਨੇ ਉਹ ਬਈ ਜਿਹੜਾ ਸਾਨੂੰ ਸਭ ਤੋਂ ਵੱਧ ਮੱਥਾ ਟੇਕੇਗਾ ਅਸੀਂ ਉਹਦੇ ਵੱਲ ਚੱਲਾਂਗੇ ਇੱਕ ਆਇਆ ਮਹਾਰਾਜ ਜੀ ਮੈਂ 1000 ਟੇਕਦਾ ਹਾਂ ਮਹਾਰਾਜ ਕਹਿੰਦੇ ਆ ਜਾਓ ਤੂੰ ਚਾਹ 10000 ਸਤਸੰਗ ਜੀ ਉਸ ਵੇਲੇ ਇੱਕ ਨੇ ਲੱਖ ਕਹਿਤਾ ਇਹ ਸੰਤਾਂ ਦੇ ਪਾਈ ਕੋਲ ਸਾਨੂੰ ਨਾ ਬਚਨ ਸੁਣਾਇਆ ਮਹਾਰਾਜ ਸਾਰਿਆਂ ਨੂੰ ਕੋਲ ਸੱਦ ਲਿਆ ਇੱਕ ਵਿਚਾਰਾ ਘਾਹ ਕੱਟਣ ਵਾਲਾ ਉਹ 2-4 ਆਨੇ ਉਹਨੇ ਕਮਾਏ ਆਪਣੇ ਘਾਹ ਕੱਟਣ ਦਾ ਸਮਾਨ ਨਾਲ ਰੱਖਤਾ ਮਹਾਰਾਜ ਜੀ ਮੇਰੇ ਵੱਲ ਚੱਲੋ ਸਹਿਬ ਫਰਮਾਉਂਦੇ ਨੇ ਚੱਲ ਬਈ ਅਸੀਂ ਤੇਰੇ ਵੱਲ ਚੱਲਣਾ ਦੂਜਿਆਂ ਦੀ ਸ਼ੰਕਾ ਦੂਰ ਕੀਤੀ ਮਹਾਰਾਜ ਕਹਿੰਦੇ ਨੇ ਤੁਸੀਂ ਆਪਣੇ ਕੋਲ ਕੁਛ ਰੱਖਿਆ ਸੀ ਕਿ ਸਾਰਾ ਹੀ ਸਾਨੂੰ ਕਹਿਤਾ ਸੀ ਸਾਹਿਬ ਅੱਗੋਂ ਕਹਿੰਦੇ ਮਹਾਰਾਜ ਜੀ ਅਸੀਂ ਰੱਖਿਆ ਸੀ ਸਾਹਿਬ ਕਹਿੰਦੇ ਨੇ ਇਹਨੇ ਤੇ ਸਭ ਕੁਛ ਹੀ ਦੇ ਦਿੱਤਾ ਸੀ